ਜੀ ਦੋਸਤੋ, ਇਹ ਵੀ ਤਰੀਕਾ ਪਹਿਲੀ ਦਫਾ ਦੇਖਿਆ ਹੋਣਾ। ਇੱਦਾਂ ਅਗਰ ਬੈਲੈਂਸ ਆਊਟ ਹੋ ਰਿਹਾ ਹੋਵੇ, ਨਾ ਸੈੱਟ ਹੋ ਰਿਹਾ ਹੋਵੇ, ਇਹ ਵੀ ਬੈਲੈਂਸ ਦਾ ਤਰੀਕਾ ਬਰਕਰਾਰ ਰੱਖਣ ਲਈ। ਇਹ ਵੀ ਤਰੀਕਾ ਪਹਿਲੀ ਦਫਾ ਦੇਖ ਦੋਸਤੋ। ਜਦ ਤੁਸੀਂ ਦੇਖਦੇ ਪਏ ਹੋ, ਆਹ ਰੇਜਰ ਆ ਜਿਹੜੇ ਅਸੀਂ ਕਮਾ ਪਾਉਣ ਲੱਗੇ ਹਾਂ। ਆਹ ਪਿੱਛੇ ਛੁਰੀਆਂ ਚੜ੍ਹਾਈਆਂ ਵਾ, ਦੇਖੋ। ਤੁਹਾਨੂੰ ਮੈਂ ਇਸ ਰੇਜਰ ਦਾ ਪੂਰਾ ਮੁਆਇਨਾ ਕਰਵਾ ਦਿੰਦਾ, ਚੈੱਕ ਕਰਵਾ ਦਿੰਦਾ ਰੇਜਰ। ਆਹ ਦੇਖੋ, ਆਹ ਰੇਜਰ ਆ। ਟਰੈਕਟਰ ਉਹਨੇ ਦਾ ਇੱਥੇ ਲੱਗਿਆ ਕਮਾਦ ਨੂੰ। ਹੁਣ ਦੇਖ ਲਓ, ਇਸ ਟਾਈਮ ਇਹ ਕਮਾਦ ਜਿਹੜਾ ਨਾ ਇਹ ਵਾਹੁਣਾ ਸ਼ੁਰੂ ਕਰ ਦਿੱਤਾ ਵਾ। ਅਸੀਂ ਦੇਖਦੇ ਹਾਂ ਕਿੱਦਾਂ ਵਗ ਰਿਹਾ ਕਮਾਦ। ਆਹ ਦੇਖੋ ਜੀ, ਰੇਜਰ ਦਾ ਬੈਲੈਂਸ ਬਰਕਰਾਰ ਰੱਖਣ ਲਈ ਇੱਕ ਸਾਈਡ 'ਤੇ ਦੇਖੋ ਮੇਰੇ ਵਾਲਦ ਸਾਹਿਬ ਬੈਠੇ ਆ, ਤਾਂ ਕਿ ਜਿਹੜਾ ਰੇਜਰ ਦਾ ਵਾ ਇਹ ਬੈਲੈਂਸ ਬਰਕਰਾਰ ਰਹੇ। ਬੈਲੈਂਸ ਬਰਕਰਾਰ ਨਹੀਂ ਹੋ ਰਿਹਾ ਸਿੱਧਾ ਇੱਕ ਪਾਸੇ ਨਾ, ਥੋੜ੍ਹਾ ਮਸਲਾ ਆ ਰਿਹਾ ਸੀ ਕੁਛ। ਦੇਖੋ ਉਸ ਪਾਸੇ ਮੇਰੇ ਵਾਲਦ ਸਾਹਿਬ ਬਹਿ ਗਏ ਕਿ ਯਾਨੀ ਕਿ ਇਹਦਾ ਬੈਲੈਂਸ ਬਰਕਰਾਰ ਹੋ ਜਾਵੇ। ਆ ਦੇਖੋ ਜੀ, ਦੇਖੋ ਜੀ ਬੜਾ ਸ਼ਾਨਦਾਰ ਕਮਾਦ ਵਾਹਿਆ ਜਾ ਰਿਹਾ ਵਾ, ਬਿਲਕੁਲ ਬੜਾ ਜ਼ਬਰਦਸਤ ਵਾਹ ਹੋ ਰਿਹਾ ਵਾ। ਅੱਗੇ ਵਾਹ ਨਹੀਂ ਹੋ ਰਿਹਾ ਸੀ, ਅੱਗੇ ਨਾ ਸਾੜਾਂ ਤੋਂ ਪੌਦੇ ਭੰਨਣ ਲੱਗ ਪਿਆ ਸੀਗਾ। ਇਹਦੇ ਨਾਲ ਕਾਫੀ ਦੇਰ ਇਹਦਾ ਬੈਲੈਂਸ ਬਰਕਰਾਰ ਕਰਦੇ ਰਹਿ ਗਏ, ਲੇਕਿਨ ਬੈਲੈਂਸ ਇਹਦਾ ਬਰਕਰਾਰ ਨਹੀਂ ਹੋਇਆ। ਅਤੇ ਆਖਰ 'ਤੇ ਆ ਕੇ ਆਹੀ ਦੇਸੀ ਜੁਗਾੜ ਕੱਢਿਆ। ਤੁਸੀਂ ਟਾਈਮ ਆ ਸੀੜੇ ਵਾੜਿਆਂ ਦਾ ਇਸ ਟਾਈਮ ਹਾਲ ਦੇਖ ਸਕਦੇ ਹੋ, ਕਿੱਥੋਂ ਦੀ ਟੈਸਟ ਮੋੜ ਕੱਟ ਰਿਹਾ ਵਾ, ਉਹਦੇ ਜਿਵੇਂ ਖਤਮ ਹੀ ਹੋ ਜਾਂਦੇ ਹੁੰਦੇ ਆ। ਦੇਖੋ ਦੋਸਤੋ, ਅੱਜ ਅਸੀਂ ਦੇਖੋ ਕਮਾਦ ਪਾਇਆ, ਇਹ ਵੀਡੀਓ ਬਣਾ ਕੇ ਆ ਦੇਖੋ। ਬੜਾ ਜ਼ਬਰਦਸਤ। ਅੱਛਾ ਦੋਸਤੋ, ਅੱਜ ਦੀ ਵੀਡੀਓ ਸਾਨੂੰ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦਾ ਰਹੀ ਲੱਗੀ ਸਾਨੂੰ ਕਮੈਂਟਸ ਬੁੱਕ ਜ਼ਰੂਰ ਦੱਸਿਓ। ਅਤੇ ਨਾਲੇ ਜਿੱਦਾਂ ਅਸੀਂ ਅੱਜ ਛੋਟਾ ਜਿਹਾ ਦੇਸੀ ਜੁਗਾੜ ਕੀਤਾ ਵਾ, ਉਹ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਉਹ ਵੀ ਸਾਨੂੰ ਕਮੈਂਟਸ ਬੁੱਕ ਜ਼ਰੂਰ ਦੱਸਿਓ। ਇੱਦਾਂ ਅੱਗੇ ਮਜ਼ੀਦ ਇੱਦਾਂ ਦਾ ਰਹੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਜੋ, ਅਤੇ ਨਾਲ ਬੈਲ ਆਈਕਨ ਬਟਨ ਨੂੰ ਵੀ ਪ੍ਰੈਸ ਕਰ ਲਿਜੋ। ਅਗਲੀ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ। ਹੁਣ ਓਕੇ, ਅੱਲਾ ਹਾਫਿਜ਼।